हाँ जी, गुड मॉर्निंग सारे, सत श्री अकाल, आदाब, सलाम, राम राम जी, जय माता दी। सारे का स्वागत करते हैं साढ़े ब्लॉग दे विच। अज हैगा जी दिन बुधवार। इत्थे कहिंदे बुधवार नूं मेरे कोले दी अटालियन दे विच, अटालिया दे विच मेरे कोले दी कहिंदे आ बुधवार नूं। बाहर का मौसम ਵਧੀਆ ਹੋਇਆ ਵਾ, ਠੀਕ। ਇੱਧਰ ਦਾ ਅਤੇ ਇੱਧਰ ਹੈਗਾ ਜੀ ਪਿੱਛੇ ਦਾ ਵਿਊ। ਅੱਜ ਦਿਨ ਹੈਗਾ ਜੀ ਬੁੱਧਵਾਰ, ਤਰੀਕ ਹੈਗੀ ਹੈ ਜੀ 22 ਤਰੀਕ ਹੋ ਗਈ ਅੱਜ। ਹਾਂਜੀ 22 ਤਰੀਕ ਹੋ ਗਈ, ਟਾਈਮ ਵੱਜ ਗਿਆ ਸਵੇਰ ਦਾ 11। ਅੱਜ ਲੇਟ ਹੋ ਗਏ ਬਲੌਗ ਬਣਾਉਣ ਲੱਗੇ, ਅਤੇ ਠੀਕ ਹੈ ਹਾਂਜੀ। 11 ਵਜੇ ਨਾਲ ਇਹਨੇ 22 ਤਰੀਕ 22 ਮਾਰਚ 2023 ਅੱਜ ਦਾ ਜਿਹੜਾ ਰੇਟ ਹੈਗਾ ਜੀ, ਇੰਡੀਆ ਦਾ ਰੇਟ ਹੈਗਾ 88 ਰੁਪਏ 70 ਪੈਸੇ। ਇੰਡੀਆ ਦਾ ਰੇਟ 88 ਰੁਪਈਏ 70 ਪੈਸੇ, ਅਤੇ ਪਾਕਿਸਤਾਨ ਦਾ ਰੇਟ ਹੈਗਾ ਜੀ 302 ਰੁਪਈਏ 34 ਪੈਸੇ। 302 ਰੁਪਈਏ 34 ਪੈਸੇ ਪਾਕਿਸਤਾਨ ਦਾ ਰੇਟ, ਧਿਆਨ ਨਾਲ ਸੁਣ ਲਓ। ਜਿਹੜੇ ਚੈਨਲ ਦੇ ਉੱਤੇ ਨਵੇਂ ਆ ਸਬਸਕ੍ਰਾਈਬ ਕਰ ਲਿਆ ਕਰੋ, ਜਿਹੜੇ ਚੈਨਲ 'ਤੇ ਦੇਖ ਰਹੇ ਲਾਈਕ ਅਤੇ ਸ਼ੇਅਰ ਕਰ ਦਿਆ ਕਰੋ। ਲੂਕਾ ਬੰਜਾ ਹੋਰ ਲੂਕਾ ਕਿਵੇਂ ਸਤਾਈ ਸਾਲੂ ਤੇ ਤੁੱਤਿਆ ਮੀਚ Buongiorno. Bella giornata oggi, eh? Stato sì. Sole. Buongiorno dal supermercato Sing a Modugno. Ok, alzi voce. Ciao Mimmo. Che Mimmo? Un mio amico. Ah, ok. Lo non so che vedo o no. Che da me la prenda che Mimmo non ci auguria. Vuoi prendere l'acqua? Vabbè tu. Acqua quale? Amata. Ma amata per poverino, non è per persone ricche. Io eh? Alil, ciao a tutti all'albanese, Albania. Ciao. Ciao. Com'è focaccia, buono? Buono. Ok. Grazie. Contento? Focaccia etna, giù appena... Che ha come un me in India, vicino, giù ਜਿੱਦਾਂ ਪੀਜ਼ਾ ਬਣਾਉਂਦੇ, ਪੀਜ਼ੇ ਦੇ ਉੱਪਰ ਨਾ ਟਮਾਟਰ ਟਮੂਟਰ ਪਾ ਕੇ, ਫਰਮਾਜੋ ਪਾ ਕੇ ਅਤੇ ਉਹ ਖਾਂਦੇ, ਉਹਨੂੰ ਕਹਿੰਦੇ ਇੱਥੇ ਫੁਕਾਚਾ, ਉਹਨੂੰ ਕਹਿੰਦੇ ਫੁਕਾਚਾ ਇੱਥੇ। ਰਹਿੰਦੇ ਕੀ ਹੈ ਕੱਲ੍ਹ ਮੀਮੋ ਵਕੀਲ ਦਾ, ਵਕੀਲ ਇੱਕ ਪਾਣੀ ਲੈ ਕੇ ਜਾਊਗਾ ਥੱਲੇ ਰੱਖਿਆ ਹੋਇਆ ਉਹਦਾ ਕਸੇ ਪਸੰਦ ਇੱਥੇ, ਆ ਪਾਣੀ ਉਦਾਂ ਹੀ ਪਿਆ ਇੱਥੇ। ਵਕੀਲ ਆਰਡਰ ਕਰ ਗਿਆ ਸੀ ਪਾਣੀ, ਅਤੇ ਪਾਣੀ ਦੇ ਇੱਥੇ ਕਾਸੇ, ਹੁਣ ਇੰਡੀਆ 'ਚ ਪਤਾ ਨਹੀਂ ਮੇਰੇ ਆਦਮੀ ਕਿਆ ਕਹਿੰਦੇ ਆ, ਇੱਥੇ ਕਸੇਤੇ ਕਹਿੰਦੇ ਆ ਪਾਣੀ ਦੇ, ਜਿਹੜੇ ਪੈਕਟ ਹੁੰਦੇ ਨਾ 6-6 ਬੋਤਲਾਂ ਦੇ ਪੈਕਟ ਹੁੰਦੇ ਆ, ਆ ਪਿਆ ਇੱਥੇ, ਉਹਨੂੰ ਉੱਥੇ ਕਸੇਤਾ ਕਹਿੰਦੇ ਆ ਅਟਾਲੀਅਨ ਦੇ ਵਿੱਚ। ਨਾ 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 ਦੱਸਦਾ ਅਟਾਲੀਅਨ ਵਿੱਚ ਉਹਨੂੰ ਕਹਿੰਦੇ ਕਸੇਤਾ, ਇੱਕ ਪੈਕਟ ਨੂੰ, ਆਹ ਇੱਕ ਪੈਕਟ ਪਾਣੀ ਦਾ ਇਹਨੂੰ ਕਸੇਤਾ ਕਹਿੰਦੇ ਇੱਥੇ, ਯਾਦ ਰੱਖਿਆ ਕਰੋ। ਨਾ ਜਿਹੜੇ ਇਟਲੀ ਵਿੱਚ ਦੇਖ ਰਿਹਾ ਬਿਨਾਂ ਪੇਪਰਾਂ ਵਾਲੇ, ਉਹ ਵੀ ਨਾਂ ਯਾਦ ਰੱਖਿਆ ਕਰੋ, ਕਿਹੜੀ ਚੀਜ਼ ਦਾ ਕੀ ਨਾਂ, ਤਾਂ ਕੰਮ 'ਤੇ ਜ਼ਰੂਰਤ ਪਊਗੀ। ਫੈਸਲਾ ਲੈ ਲਓ ਜੀ। ਓਕੇ ਬਲ ਜੁਰਨਾ ਤੋਂ ਜੀ, ਇਹ ਰੀਸ ਤਾਂ ਪਿਓ ਵੇ ਉਹ ਜੀ ਬੋਨ
ਕੱਲ ਬਾਰਿਸ਼ ਪੈਂਦੀ ਸੀ, ਬੁਰਾ ਹਾਲ ਸੀ, ਕੱਲ ਮੌਸਮ ਖਰਾਬ ਸੀ, ਕੱਲ ਅੱਜ ਮੌਸਮ ਠੀਕ ਆ, ਧੁੱਪ ਨਿਕਲ ਗਈ ਵਧੀਆ, ਟੈਂਪਰੇਚਰ ਹੈਗਾ ਮੇਰੇ ਖਿਆਲ 20-22 ਦੇ ਨੇੜੇ ਹੋਣਾ, 21 ਡਿਗਰੀ ਟੈਂਪਰੇਚਰ, ਠੰਡ ਨਹੀਂ ਹੈਗੀ, ਠੰਡ ਗਈ ਬਸ, ਹੁਣ ਤਾਂ ਮੌਸਮ ਇੱਦਾਂ ਹੀ ਆ, ਕਦੇ ਚੜ੍ਹਨਾ ਹੀ ਆ ਟੈਂਪਰੇਚਰ, ਘਟਣਾ ਨਹੀਂ ਹੈਗਾ। ਇੰਡੀਆ 'ਚ ਪਤਾ ਨਹੀਂ ਕਿੱਦਾਂ ਦਾ ਟੈਂਪਰੇਚਰ ਆ, ਇੰਡੀਆ ਮੈਂ ਕੱਲ੍ਹ ਕੰਪਿਊਟਰ 'ਤੇ ਦੇਖਿਆ ਸੀ, ਉੱਥੇ ਹੈਗਾ ਸੀ ਟੈਂਪਰੇਚਰ ਮੇਰੇ ਖਿਆਲ 25-30 ਦੇ ਨੇੜੇ ਆ, 30 ਤੋਂ ਥੱਲੇ ਹੀ ਆ ਵੈਸੇ ਤਾਂ, ਪਰ 25-28-27 ਇੰਨਾ ਹੋਏ। ਇੱਥੇ ਵੀ ਅਪ੍ਰੈਲ ਤੋਂ ਬਾਅਦ ਹੋ ਜਾਣਾ 30-30 ਡਿਗਰੀ ਤੋਂ ਉੱਪਰ ਟੱਪ ਜਾਣਾ, 15 ਮਈ ਤੋਂ ਬਾਅਦ ਟੈਂਪਰੇਚਰ ਹੋ ਜਾਣਾ ਇੱਥੇ ਮੇਰੇ ਖਿਆਲ 30-32-30-32 'ਤੇ ਚਲੇ ਜਾਊਗਾ, ਮੈਕਸੀਮਮ 38 ਡਿਗਰੀ ਟੈਂਪਰੇਚਰ ਹੁੰਦਾ ਇੱਥੇ, 40 ਤਾਂ ਕਦੇ ਹੁੰਦਾ ਕਿਤੇ 5-4 ਸਾਲ ਵਿੱਚ ਇੱਕ ਵਾਰ, ਨਹੀਂ ਮੈਕਸੀਮਮ 38 ਡਿਗਰੀ ਟੈਂਪਰੇਚਰ, 38 ਡਿਗਰੀ।